ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਵਿਖੇ ਅੰਮ੍ਰਿਤਸਰ ਜੋੜਾ ਫਾਟਕ ਤੇ ਬੀਤੇ ਦਿਨੀ ਹੋਏ ਰੇਲ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਯੂਥ ਅਕਾਲੀ ਦਲ ਅਤੇ ਸ਼ਹਿਰ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਮ੍ਰਿਤਕ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਦੂਜੇ ਪਾਸੇ ਲੋਕਾਂ ਵੱਲੋਂ ਇਸ ਹਾਦਸੇ ਦੇ ਵਾਪਰਨ ਸੰਬੰਧੀ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਤੇ ਵੀ ਆਰੋਪ ਲਗਾਏ ਗਏ। ਬਹੁਤ ਕੱਲ ਨਿੰਦਣਯੋਗ ਕੰਮ ਹੋਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ, ਜਿਹੜਾ ਇਨਸਾਨੀਅਤ ਮਰੀ ਆ, ਇਨਸਾਨ ਮਰਿਆ, ਮਾਨਵਤਾ ਮਰੀ ਆ, ਉਹਦੇ ਵਿੱਚ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕੈਂਡਲ ਮਾਰਚ ਕੱਢਿਆ ਜਿਹਦੇ ਵਿੱਚ ਬੀਬੀਆਂ ਭੈਣਾਂ ਵੀਰ ਸਾਰਿਆਂ ਨੇ ਸਹਿਯੋਗ ਕੀਤਾ। ਸਾਰਿਆਂ ਨੂੰ ਦੁੱਖ, ਅੱਜ ਸਮੁੱਚਾ ਵਿਸ਼ਵ ਦੁੱਖ 'ਚ ਡੁੱਬਿਆ ਆਇਆ, ਪਰ ਪੰਜਾਬ ਵਾਸਤੇ ਇੱਕ ਸ਼ਰਮ ਦੀ ਗੱਲ ਹੈ, ਸਰਕਾਰਾਂ ਵਾਸਤੇ ਸ਼ਰਮ ਦੀ ਗੱਲ ਹੈ। ਮੈਂ ਕੈਪਟਨ ਸਾਹਿਬ ਤੋਂ ਉਮੀਦ ਕਰਦਾ ਸੀਗਾ ਕਿ ਉਹ ਜਾਇਜ਼ ਕਾਰਵਾਈ ਕਰੂਗੇ, ਕਿਉਂਕਿ ਲਾਈਵ ਸਾਰੀ ਦੁਨੀਆ ਨੇ ਦੇਖਿਆ ਕਿੱਦਾਂ ਨਵਜੋਤ ਕੌਰ ਸਿੱਧੂ ਮੈਡਮ ਜੀ ਸਟੇਜ 'ਤੇ ਖੜ੍ਹੇ ਆ, 4 ਮਿੰਟ ਰਹੇ ਆ ਹਾਦਸੇ ਤੋਂ ਬਾਅਦ, ਅਤੇ ਉਹਨਾਂ ਦੇ ਕੌਂਸਲਰ ਕਹਿ ਰਹੇ ਮੈਡਮ ਦੇਖੋ ਤੁਹਾਨੂੰ ਦੇਖਣ ਲਈ ਲਾਈਨਾਂ 'ਤੇ ਲੋਕ ਖੜ੍ਹੇ ਆ, ਅਤੇ ਉਹਨਾਂ ਨੂੰ ਸ਼ਰਮ ਨਹੀਂ ਆਈ ਜੇ ਲਾਈਨਾਂ 'ਤੇ ਖੜ੍ਹੇ ਸੀ, ਅਤੇ ਅੱਜ ਕਹਿ ਰਹੇ ਹੋ ਕਿ ਲਾਈਨਾਂ 'ਤੇ ਕਿਉਂ ਖੜ੍ਹੇ ਸੀ। ਜੇ ਉਹ ਭਾਸ਼ਣ ਦਿੱਤਾ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਲਾਈਨਾਂ 'ਤੇ ਨਾ ਖੜੋ, ਅਤੇ ਅੱਜ ਇਹ ਗੱਲ ਕੀਤੀ ਜਾਂਦੀ ਹੈ। ਪਰ ਮੈਂ ਕਹਿੰਦਾ ਸ਼ਰਮਸਾਰ ਹੋਈ ਆ, ਸਾਡੀ ਮਾਨਵਤਾ ਗਿਰੀ ਹੈ, ਲੀਡਰੀ ਗਿਰੀ ਹੈ, ਲੀਡਰੀ ਦਾ ਸਤਰ ਗਿਰਿਆ। ਅਸੀਂ ਉਮੀਦ ਕਰਦੇ ਹਾਂ ਕਿ ਕੈਪਟਨ ਸਾਹਿਬ ਯੋਗ ਕਾਰਵਾਈ ਕਰਨਗੇ, 4 ਹਫ਼ਤੇ ਦਾ ਟਾਈਮ ਦਿੱਤਾ, ਯੋਗ ਕਾਰਵਾਈ ਕਰਕੇ ਕਿਤੇ ਇਕੱਲੀਆਂ ਸੁਰਖੀਆਂ ਨਾ ਰਹਿ ਜਾਣ। ਅੱਜ ਲੋੜ ਹੈ, ਹਿੰਦੁਸਤਾਨ ਨੂੰ ਸਾਰਾ ਵਿਸ਼ਵ ਦੇਖ ਰਿਹਾ, ਪਰ ਹਿੰਦੁਸਤਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ, ਪੰਜਾਬੀਆਂ ਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਡੇ ਵਾਸਤੇ ਨਿੰਦਣਯੋਗ ਕੰਮ ਹੋਇਆ, ਬਹੁਤ ਮਾੜਾ ਕੰਮ ਕਾਰਾ ਹੋਇਆ। ਜਿਨ੍ਹਾਂ ਦੇ ਬੱਚੇ ਘਰ ਦੇ ਗਏ, ਜਿਨ੍ਹਾਂ ਦੇ ਪਰਿਵਾਰ ਘਰ ਦੇ ਗਏ, ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਘਰ ਕਿੰਨੇ ਚੀਕ ਚਕਾੜੇ ਪੈ ਰਹੇ। ਕੈਂਡਲ ਮਾਰਚ ਦਾ ਸਾਡਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਉਹਨਾਂ ਦੀ ਜ਼ਿੰਦਗੀ ਬੜੀ ਕੀਮਤੀ ਹੈ, ਜ਼ਿੰਦਗੀ ਆਪਣੀ ਇਹਨਾਂ ਦੇ ਪਿੱਛੇ ਲੱਗ ਕੇ, ਭਾਸ਼ਣਬਾਜ਼ੀ ਦੇ ਪਿੱਛੇ ਲੱਗ ਕੇ ਗਵਾਇਆ ਨਾ ਜਾਵੇ, ਅਤੇ ਆਪਣੇ ਧਿਆਨ ਰੱਖਿਆ ਜਾਵੇ ਲਾਈਨਾਂ 'ਤੇ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ, ਜਾਂ ਧਿਆਨ ਰੱਖ ਕੇ ਆਪਣੀ ਜ਼ਿੰਦਗੀ ਨੂੰ ਕੀਮਤੀ, ਆਪਣੇ ਪਰਿਵਾਰ ਦੇ ਵਾਸਤੇ ਜੀਵਨ ਬਲਿਦਾਨ ਕੀਤਾ ਜਾਵੇ, ਲੋਕਾਂ ਵਾਸਤੇ ਜੀਵਨ ਬਲਿਦਾਨ ਕੀਤਾ ਜਾਵੇ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।